पिया सोता एक मिनट एक अंदर कोई जैक जूक लगे ना थोड़ा जाओ कुछ हो जरा भाई अंदर देख जाओ आगे वो करके मुझे मंगाओ अंदर से करना आज के दिल्ली दे दी यार भाई रेशम सिंह जी नहीं कहाँ से आ रही थी गाड़ी चंडीगढ़ से जी चंडीगढ़ से हाँ जी रोज़ इधर दी गड्डियां टपाउने आ इधर दी कारां दा जाम लग जांदा जी बहुत ज़्यादा ट्रैफिक हो जाती है उस टाइम के उत्ते जी इधर नूं जाण वाली ट्रैफिक हुंदी आ वो इस जगह दी राही टपाउण लग जांदे आ अज भी जगह सानूं सेफ लगी जदों असीं आए हाँ उदों सेफ लगी भी टप जू मूहरे कोई सानूं खड्डा नहीं लग्या जदों गड्डी उस जगह गई ਗੱਡੀ ਕੇ ਲਗਤ ਮੂਹਰਲੇ ਟਾਇਰ ਥੱਲੇ ਦਬ ਗਏ ਬੈਰੀਗੇਟ ਰੋਕਿਆ ਨਹੀਂ ਜੀ ਬੈਰੀਗੇਟ ਟੱਪਣ ਨੂੰ ਲਗਾਏ ਗਏ ਸੀ ਜਾਂਦਾ ਸਵਾਰੀਆਂ 30-35 ਸੀਗੀਆਂ ਜੀ ਕੋਈ ਕਿਸੇ ਨੁਕਸਾਨ ਨਾ ਜੀ ਨਹੀਂ ਨਹੀਂ ਕੋਈ ਫਿਰ ਸਵਾਰੀ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਗੱਡੀ ਕਿੰਨੇ ਵਜੇ ਗਈ ਇਹ ਮਾਮਲਾ ਕਿਸੇ ਬਸ ਸੀ ਪੂਰਾ ਮੌਕੇ ਬਤਾਈਏ ਇਹ ਮਾਮਲਾ ਜੀ ਅਸੀਂ 5:33 ਦਾ ਟਾਈਮ ਆ ਸਾਡਾ ਮਾਨਸਾ ਸੇ 6:30 ਦਾ ਹੈਗਾ ਸਰਦੂਲਗੜ੍ਹ ਸਰਦੂਲਗੜ੍ਹ ਤੋਂ ਚੱਲ ਕੇ ਆ ਕੇ ਅਸੀਂ 7:20 ਤੇ ਇੱਥੇ ਇੰਟਰ ਕਰਦੇ ਹਾਂ 7:25 ਤੇ ਜਦੋਂ 7:20 ਤੇ ਇੱਥੇ ਮੈਂ ਪਹੁੰਚਿਆ ਇੱਧਰਲੀ ਸਾਈਡ ਕਾਰਾਂ ਖਾਸੀਆਂ ਸੀ ਜਾਣੀ ਕਿ ਜ਼ਿਆਦਾ ਜਾਮ ਸੀ ਅੱਗੇ ਵੀ ਅਸੀਂ ਇੱਧਰ ਦੀ ਟਪਾਉਣੇ ਆ ਇੱਧਰ ਬੈਰੀਕੇਟ ਇਸੇ ਕਰਕੇ ਲਾਏ ਹੋਏ ਆ ਜਾਣੀ ਕਿ ਜਿਹੜੀ ਇੱਧਰੋਂ ਆਉਣੀ ਟ੍ਰੈਫਿਕ ਐਂ ਟੱਪ ਜਾਂਦੀ ਆ ਉੱਧਰੋਂ ਜਦੋਂ ਟਪਾ ਸਾਨੂੰ ਮੂਹਰੇ ਸੇਫ ਲੱਗੀ ਅੱਗੇ ਵੀ ਟਪਾਉਣੀ ਆ ਜੇ ਤਾਂ ਹੁਣ ਮੂਹਰੇ ਇਹ ਹੁੰਦਾ ਖੱਡਾ ਹੁੰਦਾ ਜਾਂ ਕੋਈ ਹੁੰਦਾ ਫਿਰ ਤਾਂ ਆਪਾਂ ਨਹੀਂ ਟਪਾਉਂਦੇ ਜਦੋਂ ਮੈਨੂੰ ਸੇਫ ਲੱਗੀ ਮੈਂ ਗੱਡੀ ਲਿਆ ਜਦੋਂ ਗੱਡੀ ਲਿਆ 1:00 ਥੱਲੇ ਪੈ ਗਈ ਉਹ ਇਹ ਪ੍ਰਸ਼ਾਸਨ ਦੀ ਗਲਤੀ ਆ ਜੀ ਜਾਂ ਤਾਂ ਉੱਥੇ ਮੂਹਰੇ ਉੱਥੇ ਬੈਰੀਕੇਡ ਲਾਏ ਹੁੰਦੇ ਵੀ ਇੱਧਰ ਜਗ੍ਹਾ ਹੀ ਦਬਦੀ ਆ ਗੱਡੀ ਕੋਈ ਹੈਵੀ ਗੱਡੀ ਨਾ ਲਿਆਓ ਪਰਾਂ ਦੀ ਲੈ ਕੇ ਜਾਓ ਉੱਥੇ ਕੋਈ ਬੈਰੀਕੇਡ ਨਹੀਂ ਆਹ ਬੈਰੀਕੇਡ ਇਸ ਕਰਕੇ ਲਾਏ ਗਏ ਆ ਵੀ ਗੱਡੀਆਂ ਐਂ ਟਪਾਓ ਸਰ 30-35 ਗੱਡੀਆਂ ਸੀ ਸਿਰਸਾ ਕੀ ਸਵਾਰੀ ਸੀ ਸਰ ਸਿਰਸਾ ਦੀ ਅੱਗੇ ਤੋਂ ਅੱਗੇ ਵਾਪਸ ਹੁਣ ਆਉਂਦਾ ਸੀ ਇਹ ਸੁਬਾ ਜੀ ਬਲਾਡੇ ਤੋਂ ਚੱਲਦੀ ਆ ਬਲਾਡੇ ਤੋਂ ਚੰਡੀਗੜ੍ਹ ਜਾਂਦੀ ਆ ਚੰਡੀਗੜ੍ਹ ਤੋਂ ਸਿਰਸਾ ਨੈਟ ਪਾਉਂਦੀ ਆ ਸਿਰਸਾ ਤੋਂ ਸੁਬਾ 5:30 ਚੱਲੂਗੀ ਚੰਡੀਗੜ੍ਹ ਜਾਊ 12-30 ਦਿਨ ਇਹਦੀ ਸਰਵਿਸ ਆ ਦੋ ਗੱਡੀਆਂ ਚੱਲਦੀਆਂ ਜੀ ਇੱਕ ਸਰਸਾ ਨੈਟ ਪਾਉਂਦੀ ਆ ਇੱਕ ਬਲਾਡਾ ਪਾਉਂਦੀ ਆ ਕਰੇਨ ਬੁਲਾਈ ਸੀ ਜੀ ਹਰਿਆਣਾ ਰੋਡਵੇਜ਼ ਦੀ ਆਹ ਦੇਖ ਲਓ ਜੀ ਹੱਥ ਲਿਬੜੇ ਮੇਰੇ ਥੱਲੇ ਮੈਂ ਬੜਿਆ ਖੜਾ ਬੂਟਾ ਕੰਨੀ ਮੇਰੇ ਦੇਖ ਲਓ ਉਹ ਜਵਾਬ ਦੇ ਕੇ ਤੁਰ ਗਏ ਕਹਿੰਦੇ ਸਾਡੇ ਕੋਲ ਕੋਈ ਹੱਲ ਨਹੀਂ ਹੱਲ ਕੀ ਆ ਜੀ ਆ ਖੜੀ ਆ ਗੱਡੀ ਹੁਣ ਆਪਦੇ ਪ੍ਰਾਈਵੇਟ ਸਾਧਨ ਕਰਕੇ ਆਪਦੇ ਪੱਲਿਓਂ ਪੈਸੇ ਲਾ ਕੇ ਜਾਂ ਕੁਝ ਕਰਕੇ ਆ ਜਾ ਰਹੀ ਹੈ ਜੀ ਗੱਡੀ ਦੇਖੋ ਹਰਿਆਣਾ ਰੋਡਵੇਜ਼ ਦੀ ਇਹ ਕੱਢ ਕੇ ਨਹੀਂ ਗਏ ਇਹਨਾਂ ਤੋਂ ਨਿਕਲੀ ਨਹੀਂ ਗੱਡੀ ਮੇਰਾ ਨਾਂ ਰੇਸ਼ਮ ਸਿੰਘ ਆ ਜੀ 2K 234 ਮੇਰਾ ਬੱਸ ਕੇ ਡਰਾਈਵਰ ਆ ਮੈਂ